ਜੈ ਸਦਾ ਸਾਹਿਬ ਹੈ ਪਰਮੇਸ਼ਰ ਨਿਰਾਕਾਰ ਤੂੰ ਸਦਾ ਸਲਾਮਤ ਹੈ ਸਦਾ ਇਸ਼ਤ ਰੂਪ ਹੈ ਸਦਾ ਰਹਿਣ ਵਾਲਾ ਹੈ ਸਖੈਨ ਅਰਥ ਹੈ ਉਹ ਗਹਿਰ ਗੰਭੀਰ ਵਿੱਚ ਥੋੜ੍ਹਾ ਜਿਹਾ ਵਿਚਾਰ ਸਾਗਰ ਅਨੁਸਾਰ ਸੂਖਮ ਰੂਪ ਦੇ ਵਿੱਚ ਚਲਾ ਜਾਂਦਾ ਹੈ ਕਿਉਂ ਇਹ ਚਾਰ ਵਾਰੀ ਜਿਹੜੇ ਤੂੰ ਸਦਾ ਸਲਾਮਤ ਨਿਰੰਕਾਰ ਕਿਹਾ ਇਹ ਚਾਰ ਮਹਾਂਵਾਕਾਂ ਦਾ ਹਿਸਾਬ ਸਿਧਾਂਤ ਦੇ ਵਿੱਚ ਕਥਨ ਕਰ ਦਿੱਤਾ ਹੈ।